ਪਾਓ ਆਪਣੇ ਰਾਹ। ਆ ਲਓ ਜੀ ਨਿਕਲ ਗਏ। ਆ ਲਓ ਜੀ ਰਾਤੀ ਸੌਂਦਿਆਂ ਮਾਮੀ ਨੇ ਪਾਓ ਭਾਜੀ ਤਿਆਰ ਕਰਕੇ ਦਿੱਤੀ ਹੈ। ਸਵੇਰੇ ਪਰੌਂਠੇ ਖਾਧੇ ਸੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਅਤੇ ਸਵੇਰ ਤੋਂ ਵੱਜ ਗਏ ਨੇ 5:30 ਅਤੇ ਅੱਜ ਆਪਾਂ ਜਾਣਾ ਕੰਮ 'ਤੇ। ਕੱਲ੍ਹ ਆਪਣੀ ਛੁੱਟੀ ਸੀ, ਰਾਤੀ ਲੇਟ ਸੁੱਤੇ, ਤੁਸੀਂ ਦੇਖ ਹੀ ਲਿਆ ਪਾਓ ਭਾਜੀ ਵਗੈਰਾ ਖਾ ਰਹੇ ਸੀ। ਸੋ ਜਾਣਾ ਕੰਮ 'ਤੇ, ਤਿਆਰ ਹੁੰਦੇ ਹਾਂ। ਜਾਣ ਦਾ ਬਿਲਕੁਲ ਦਿਲ ਨਹੀਂ ਕਰ ਰਿਹਾ ਪਰ ਜਾਣਾ ਪੈਣਾ। ਸੋ ਕਿਉਂਕਿ ਇੱਥੇ ਇੱਦਾਂ ਹੁੰਦਾ, ਜਿਹੜਾ ਸਿੰਨ 'ਤੇ ਕੰਮ ਹੈ ਉਹ 'ਚ ਛੁੱਟੀ ਦੇ ਵੀ ਪੈਸੇ ਮਿਲਦੇ ਆ। ਜਿਹੜੀ 2 ਛੁੱਟੀਆਂ ਹੋਈਆਂ ਪਿੱਛੇ ਉਹ ਛੁੱਟੀਆਂ ਦੇ ਵੀ ਪੈਸੇ ਮਿਲਣਗੇ। ਸੋ ਉਹ ਪੈਸੇ ਤਾਂ ਹੀ ਮਿਲਦੇ ਆ ਅਗਰ ਆਪਾਂ ਛੁੱਟੀਆਂ ਤੋਂ 1 ਦਿਨ ਪਹਿਲਾਂ ਔਰ 1 ਦਿਨ ਬਾਅਦ ਕੰਮ 'ਤੇ ਜਾਂਦੇ ਹਾਂ। ਸੋ ਜਾਣਾ ਹੀ ਪੈਣਾ, ਵੈਸੇ ਵੀ ਜਾਣਾ ਹੀ ਪੈਣਾ ਹੀ ਕੰਮ, ਕਿਉਂਕਿ 2 ਹਫ਼ਤੇ ਰਹਿ ਗਏ ਕੰਮ ਦੇ ਮੇਰੇ। ਫਿਰ ਕਾਲਜ ਸਟਾਰਟ ਹੋ ਜਾਣਾ, ਕੰਮ ਛੱਡਣਾ ਪੈਣਾ। ਸੋ ਬਰੱਸ਼ ਵਗੈਰਾ ਕਰਨੇ ਆ, ਤਿਆਰ ਹੁੰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਕੰਮ ਕੀ ਹੈ। ਪਿੱਛੇ ਵਾਲਾ ਕੰਮ ਮੇਰਾ ਜਿਹੜਾ ਸੀ ਉਹ ਉੱਥੋਂ ਮਤਲਬ ਮੈਨੂੰ ਕੱਢਤਾ ਸੀ ਕਿਉਂਕਿ ਉੱਥੇ ਕੰਮ ਘੱਟ ਗਿਆ ਸੀ। ਸੋ ਨਵੇਂ ਵਾਲਾ ਕੰਮ ਤੁਹਾਨੂੰ ਦਿਖਾਉਂਦੇ ਹਾਂ। ਮੇਰੀ ਮੋਰਨਿੰਗ ਸ਼ਿਫਟ ਆ, ਪਹਿਲਾਂ ਆਫਟਰਨੂਨ ਹੁੰਦੀ ਸੀ। ਸੋ ਚਲੋ ਤਿਆਰ ਹੁੰਦਾ, ਮੈਂ ਨਹਾਉਂਦਾ ਤੁਹਾਨੂੰ ਅਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ ਫਿਰ ਨਹਾ ਧੋ ਲਿਆ ਆਪਾਂ ਅਤੇ ਹੁਣ ਚੱਲੇ ਹਾਂ ਆਪਾਂ ਥੱਲੇ ਅਤੇ ਕੁਛ ਖਾਂਦੇ ਪੀਂਦੇ ਹਾਂ ਅਤੇ ਦੁੱਧ ਪੀ ਲੈਂਦੇ ਹਾਂ ਅਤੇ ਨਾਲ ਕੋਈ ਫਰੂਟ ਖਾ ਲੈਂਦੇ ਹਾਂ। ਬਾਕੀ ਆਪਣੀ ਰੋਟੀ ਬਣੀ ਹੁੰਦੀ ਆ, ਰਾਤੀ ਮੰਮੀ ਬਣਾ ਦਿੰਦੀ ਆ। ਸੋ ਆ ਰਹੀ ਸਬਜ਼ੀ, ਆ ਰਿਹਾ ਆਪਣਾ ਟਿਫਨ, ਆ ਵਿੱਚ ਰੋਟੀ ਪਈ ਆ। ਸੋ ਸਬਜ਼ੀ ਰੱਖ ਲਈ ਆਪਾਂ, ਉਹਨੂੰ ਬੰਦ ਕਰ ਦਿੰਦੇ ਹਾਂ ਅਤੇ ਤਾਂ ਤੱਕ ਆਪਾਂ ਪੀਂਦੇ ਹਾਂ ਦੁੱਧ ਪੀ ਲੈਂਦੇ ਹਾਂ। ਆਇਆ ਦੁੱਧ, ਆਇਆ ਪੈਕਟ ਖਤਮ ਹੋ ਗਿਆ, ਆਪਾਂ ਸੱਟ ਦੇਣਾ। ਸੋ 3 ਟਾਈਪਸ ਦੇ ਹੁੰਦੇ ਆ ਇੱਥੇ ਡਸਟਬਿਨ, ਇਹ ਰੀਸਾਈਕਲ ਵਾਲਾ, ਔਰਗੈਨਿਕ ਆ, ਇਹ ਗਾਰਬੇਜ ਆ। ਵਾਲਾ ਗਾਰਬੇਜ 'ਚ ਜਾਊਗਾ। ਦੁੱਧ ਵੀ 2 ਟਾਈਪ ਦੀ ਹੁੰਦੀ ਆ, ਇੱਕ 2% ਵਾਲਾ ਹੁੰਦਾ, ਇੱਕ 3% ਵਾਲਾ। ਸੋ ਜਿਹੜਾ ਲਾਲ ਵਾਲਾ ਇਹ 3% ਵਾਲਾ ਦੁੱਧ ਹੁੰਦਾ ਅਤੇ ਮੈਂ 3% ਵਾਲਾ ਹੀ ਪੀਂਦਾ। ਫ੍ਰਿਜ ਕਰ ਦਿੰਦੇ ਹਾਂ ਅਤੇ ਪਿੰਨੀਆਂ ਆਈਆਂ ਸੀ ਇੰਡੀਆ ਤੋਂ, ਤਰਨ ਲੈ ਕੇ ਆਇਆ ਸੀ। ਬਾਕੀ ਦੀਆਂ ਤਰਨ ਦੇ ਘਰੇ ਪਈਆਂ ਨੇ, ਮੈਂ ਲੈ ਆਇਆ ਸੀ ਇੱਥੇ। ਸੋ ਪਿੰਨੀ ਖਾ ਲੈਂਦੇ ਹਾਂ ਨਾਲ ਦੁੱਧ ਦੇ। ਅਤੇ ਦੁੱਧ ਮੈਂ ਮਿੱਠਾ ਵਗੈਰਾ ਕੁਛ ਨਹੀਂ ਪਾਉਂਦਾ ਦੁੱਧ 'ਚ, ਸਵੇਰੇ ਜਿਹੜਾ ਪੀ ਕੇ ਜਾਂਦਾ ਬਸ ਇੱਦਾਂ ਹੀ ਪਾ ਕੇ ਮਾਈਕਰੋਵੇਵ 'ਚ ਗਰਮ ਕਰਕੇ ਅਤੇ ਪੀ ਲੈਂਦਾ ਅਤੇ ਬਾਕੀ ਮੈਂ ਖਾਂਦਾ ਪੀਂਦਾ। ਅਤੇ ਫਿਰ ਆਪਾਂ ਮਿਲਦੇ ਹਾਂ ਹੁਣ ਗੱਡੀ 'ਚ। ਚਲੋ ਜੀ ਆਪਾਂ ਲੋਕ ਲਾ ਦਿੱਤਾ, ਤਾਂ ਆ ਖੜੀ ਐਕਸਪਲੋਰਰ ਅਤੇ ਆ ਖੜੀ ਆਪਣੇ ਵਾਲੀ ਗੱਡੀ। ਸੋ ਐਕਸਪਲੋਰਰ 'ਤੇ ਵੀ ਗਿਆ ਸੀ ਮੈਂ 1-2 ਦਿਨ ਕੰਮ 'ਤੇ, ਉਹਦੀ ਸਰਵਿਸ ਕਰਾਉਣੀ ਸੀ ਅਤੇ ਹੁਣ ਚੱਲੇ ਹਾਂ ਕੰਮ ਵੱਲ ਨੂੰ। ਅਤੇ ਰਾਹ 'ਚੋਂ ਮੈਂ ਇੱਕ ਆਪਣੇ ਫਰੈਂਡ ਨੂੰ ਪਿੱਕ ਕਰਨਾ ਹੁੰਦਾ, ਉਹਨੂੰ ਰਾਹ 'ਚ ਪਿੱਕ ਕਰਾਂਗਾ। ਅਤੇ ਜਾਂਦੇ ਜਾਂਦਾ ਤੁਹਾਨੂੰ ਥੋੜ੍ਹਾ ਬਹੁਤ ਮੇਰੇ ਕੰਮ ਬਾਰੇ ਦੱਸ ਦੇਣਾ ਕਿੱਦਾਂ, ਬਾਕੀ ਉੱਥੇ ਦਿਖਾ ਦਾਂਗਾ। ਲਓ ਜੀ ਫਿਰ ਪਹਿਲੀ ਚੀਜ਼ ਸੀਟ ਬੈਲਟ ਬਹੁਤ ਜ਼ਰੂਰੀ ਆ ਅਤੇ ਚੱਲਦੇ ਹਾਂ। ਚਲੋ ਚਲੋ ਚਲੋ, ਰਾਤੀ ਬਾਰਿਸ਼ ਅਤੇ ਗੱਡੀ ਆਪਣੇ ਆਪ ਹੀ ਧੁੰਦ ਗਈ ਆ, ਮੈਂ ਧੋਣੀ ਸੀ ਪਰ ਮੈਂ ਗਿਆ ਨਹੀਂ ਕਿਉਂਕਿ ਮੈਂ ਦੇਖ ਲਿਆ ਸੀ ਬਾਰਿਸ਼ ਨਾਲੇ ਸ਼ਾਮ ਹੋ ਗਈ ਸੀ ਤਾਂ ਕਰਕੇ ਨਹੀਂ ਮੈਂ ਗਿਆ ਸੀ। ਸੋ ਲੈਟਸ ਕੰਮ, ਬਾਕੀ ਕੰਮ ਦਾ ਦੱਸ ਰਿਹਾ ਸੀ ਮੈਂ। ਕੰਮ ਹੈ ਜਿਹੜਾ ਉਹੀ ਫੋਕਲਿਫਟ ਵਾਲਾ ਹੀ ਆ ਮੇਰਾ, ਫੋਕਲਿਫਟ ਓਪਰੇਟਰ ਦਾ। ਅਤੇ ਬਟ ਉੱਥੇ ਇਸ ਟਾਈਮ ਈਅਰ ਐਂਡ ਆ ਅਤੇ ਇਨਵੈਂਟਰੀ ਚੱਲ ਰਹੀ ਹੈ। ਇਨਵੈਂਟਰੀ ਮੀਨਸ ਕਿ ਕਾਊਂਟਿੰਗ ਚੱਲ ਰਹੀ ਹੈ, ਜਿੰਨੇ ਵੀ ਉੱਥੇ ਕੁਆਂਟਿਟੀ ਹੈ, ਡੱਬੇ ਨੇ, ਜਿੰਨੇ ਵੀ ਪ੍ਰੋਡਕਟ ਨੇ ਉਹਨਾਂ ਦੀ ਕਾਊਂਟਿੰਗ ਚੱਲ ਰਹੀ ਹੈ। ਸੋ ਅੱਜ ਕੱਲ੍ਹ ਮੈਂ ਉਹ ਕਰ ਰਿਹਾ, ਡੱਬੇ ਗਿਣ ਲਈਦੇ ਨੇ ਜਾ ਕੇ। ਅਤੇ
ਨਹੀਂ ਤਾਂ ਮੇਰਾ ਵੈਸੇ ਕੰਮ ਕਾਊਂਟਰ ਬੈਲੈਂਸ ਦਾ, ਉਹ ਮੈਂ ਕਰ ਨਹੀਂ ਰਿਹਾ ਕਾਫੀ ਦਿਨਾਂ ਦਾ। ਸੋ ਕੰਮ ਤਾਂ ਈਜ਼ੀ ਆ, 8 ਘੰਟੇ ਸ਼ਿਫਟ, ਇੱਥੇ 8.5 ਘੰਟੇ ਸ਼ਿਫਟ ਹੁੰਦੀ ਹੈ, ਜਿਹਦੇ 'ਚੋਂ ਅੱਧੇ ਘੰਟੇ ਦੀ ਬ੍ਰੇਕ, ਦੋ ਬ੍ਰੇਕਾਂ ਅੱਧੇ ਅੱਧੇ ਘੰਟੇ ਦੀਆਂ ਨੇ। ਸੋ ਅੱਧੇ ਘੰਟੇ ਦੀ ਬ੍ਰੇਕ ਦੇ ਪੈਸੇ, ਇੱਕ ਦੇ ਉਹ ਪੈਸੇ ਕੱਟਦੇ ਨੇ, ਇੱਕ ਦੇ ਨਹੀਂ ਕੱਟਦੇ, ਇੱਕ ਅਨਪੇਡ ਹੁੰਦੀ ਹੈ, ਇੱਕ ਪੇਡ ਹੁੰਦੀ ਹੈ। ਸੋ ਆਹੀ ਆ, ਬਾਕੀ ਇਹ ਕੰਮ ਥੋੜ੍ਹਾ ਦੂਰ ਪੈ ਜਾਂਦਾ ਮੈਨੂੰ, ਪਰ ਨੈਕਸਟ ਡੇ ਹੀ ਮਿਲ ਗਿਆ ਸੀ ਜਿਸ ਦਿਨ ਉਹਨਾਂ ਨੇ ਮੈਨੂੰ ਕੰਮ ਤੋਂ ਕੱਢਿਆ, ਸੇਮ ਹੀ ਏਜੰਸੀ ਨੇ ਮੈਨੂੰ ਅਗਲੇ ਦਿਨ ਹੀ ਕੰਮ 'ਤੇ ਭੇਜਤਾ ਸੀ। ਸੋ ਇਹ ਠੀਕ ਰਿਹਾ, ਅਗਲੇ ਦਿਨ ਮਿਲ ਗਿਆ। ਪੇ ਥੋੜ੍ਹੀ ਘੱਟ ਹੈ ਉੱਥੇ, ਮੇਰੀ 23.60 ਪੇ ਹੋ ਗਈ ਸੀ ਲਾਸਟ ਦੇ 2 ਵੀਕਸ 'ਚ, ਕਿਉਂਕਿ ਮੈਂ ਨਾਈਟ ਸ਼ਿਫਟ ਕਰਾ ਲਈ ਸੀ। ਬਟ ਇੱਥੇ ਥੋੜ੍ਹੀ ਪੇ ਘੱਟ ਆ, ਇੱਥੇ ਮੇਰੀ ਪੇ ਆ 19.40। ਸੋ ਪੇ ਥੋੜ੍ਹੀ ਜਿਹੀ ਘੱਟ ਆ, ਪਰ ਉਹੀ ਆ ਦੂਸਰੇ ਕੰਮਾਂ ਨਾਲੋਂ ਤਾਂ ਜ਼ਿਆਦਾ ਹੀ ਆ, ਨਹੀਂ ਤਾਂ ਮੇਰੇ ਨਾਲ ਦਾ ਕੋਈ ਵੀ ਇੰਨੇ 'ਤੇ ਕੰਮ ਨਹੀਂ ਕਰ ਰਿਹਾ। ਸੋ ਠੀਕ ਆ, ਜਿੰਨੀ ਮਿਲ ਰਹੀ ਆ। ਬਾਕੀ ਨੈਕਸਟ ਵੀਕ ਮੈਨੂੰ ਛੱਡਣਾ ਪੈਣਾ ਕੰਮ, ਆਪਾਂ ਲਾਈਟ ਬੰਦ ਕਰ ਦੇਣੇ, ਕਿਉਂਕਿ ਲਾਈਟ ਚਲਾਉਣੇ ਦਾ ਚਲਾਣ। ਅਤੇ ਨੈਕਸਟ ਵੀਕ ਮੈਂ ਕਹਿ ਰਿਹਾ ਸੀ ਮੈਨੂੰ ਛੱਡਣਾ ਪੈਣਾ ਕੰਮ, ਕਿਉਂਕਿ ਕੋਲੇਜ ਸਟਾਰਟ ਹੋ ਜਾਣਾ, ਫਿਰ ਕੋਈ ਪਾਰਟ ਟਾਈਮ ਕੰਮ ਲੱਭਾਂਗੇ। ਨਹੀਂ ਤਾਂ ਮੈਂ 1-2 ਦਿਨ ਸਕਿੱਪ ਕਰਕੇ ਆਇਆ, ਸਕਿੱਪ ਹੁੰਦੇ ਸੀ ਫੂਡ ਡਿਲੀਵਰੀ ਕਰਨੀ, ਸਕਿੱਪ ਦੇ ਡਿਸ਼ਿਸ ਜਿਵੇਂ ਉਬਰ ਹੁੰਦੀ ਆ, ਉੱਦਾਂ ਫੂਡ ਡਿਲੀਵਰੀ ਕਰਨ ਦਾ ਇੱਕ ਐਪ ਆ ਸਕਿੱਪ, ਜਿਹਦਾ ਆਪਾਂ ਮਤਲਬ ਫੂਡ ਡਿਲੀਵਰੀ ਕਰ ਲੈਂਦੇ ਹਾਂ। ਉਹਦੇ ਬੈਗ ਪਿੱਛੇ ਹੀ ਪਏ ਹੋਏ ਆ, ਉਹਦਾ ਪੈਕ ਹੁੰਦਾ, ਦੇਖੋ ਪੈਕ ਪਾ ਕੇ ਆਪਾਂ ਡਿਲੀਵਰ ਕਰਨਾ ਹੁੰਦਾ ਸਮਾਨ। ਸੋ ਪਿੱਛੇ ਪਿਆ ਹੋਇਆ, ਬਾਕੀ ਚੱਲਣੇ ਆ, ਰੈਡ ਲਾਈਟ 'ਤੇ ਖੜ੍ਹੇ ਹਾਂ ਇਸ ਟਾਈਮ, ਕੰਮ 'ਤੇ ਜਾ ਕੇ ਮਿਲਣੇ ਆ। ਚਿੰਗਮ ਖਾ ਲੈਂਦੇ ਹਾਂ ਥੋੜ੍ਹੀ ਜਿਹੀ, ਉਹ ਫਰੈਸ਼ ਹੋ ਜੂ। ਬਾਏ ਬਾਏ। ਲਓ ਜੀ ਪਹੁੰਚ ਗਏ ਫਿਰ ਫਰੈਂਡ ਦੇ ਘਰ, ਅਤੇ ਮੈਂ ਰੋਜ਼ ਲੇਟ ਆਉਂਦਾ ਇਹਨੂੰ ਲੈਣ, ਸੋ ਅੱਜ ਮੈਂ ਜਲਦੀ ਆ ਗਿਆ ਅਤੇ ਇਹ ਲੇਟ ਆ। ਚਲੋ ਫਿਰ ਚੱਲਦੇ ਹਾਂ। ਲਓ ਜੀ ਪਹੁੰਚ ਗਏ ਫਿਰ ਆਪਾਂ ਕੰਮ 'ਤੇ, ਅਤੇ ਹੁਣ ਇੱਕ ਹੈ ਆ ਵੇਅਰ ਹਾਊਸ, ਆਹ ਦੇਖ ਲਓ। ਮੈਂ ਇੱਥੇ ਇੱਕ ਬੋਕਸ ਜਿਹਾ ਲੱਭ ਰਿਹਾ ਆਪਾਂ, ਉਹ ਮਿਲ ਨਹੀਂ ਰਿਹਾ। ਬਾਕੀ ਮੈਂ ਇਹ ਵਾਲੀ ਮਸ਼ੀਨ ਚਲਾਉਂਦਾ ਹੁਣ, ਤੁਹਾਨੂੰ ਕਹਿੰਦੇ ਆ ਕਾਊਂਟਰ ਬੈਲੈਂਸ, ਬਿਲਕੁਲ ਗੱਡੀ ਆ ਰਹਾ, ਉੱਪਰ ਬਹਿ ਕੇ ਚਲਾਉਣੀ ਆ ਸੀਟ 'ਤੇ ਆਰਾਮ ਨਾਲ, ਅਤੇ ਮਤਲਬ ਈਜ਼ੀ ਆ, ਡਿਫੀਕਲਟ ਨਹੀਂ ਆ। ਅਤੇ ਪੇ ਵੀ ਇਹਨਾਂ ਦੀ ਵਧੀਆ ਹੁੰਦੀ, ਜਿਹੜੀ ਜਨਰਲ ਲੇਬਰ ਆ ਉਹਦੀ ਪੇ ਵੀ ਘੱਟ ਮਿਲਦੀ ਆ, ਅਤੇ ਕੰਮ ਵੀ ਕਰਨਾ ਪੈਂਦਾ, ਇਹ ਤਾਂ ਆਪਾਂ ਬਹਿ ਕੇ ਕਰਨਾ ਬਸ ਜੋ ਵੀ ਕਰਨਾ। ਸੋ ਚਲਾ ਕੇ ਦਿਖਾਵਾਂਗੇ ਤੁਹਾਨੂੰ, ਅੱਜ ਪਤਾ ਨਹੀਂ ਚਲਾਵਾਂਗਾ ਜਾਂ ਨਹੀਂ ਮੈਂ, ਕਿਉਂਕਿ ਕੰਮ ਹੈਗਾ ਹੀ ਨਹੀਂ ਇੱਥੇ, ਕੰਮ ਬਹੁਤ ਘੱਟ ਹੁੰਦਾ। ਸੋ ਬਸ ਆਪਾਂ ਡੱਬੇ 'ਚ ਲੱਭਣੇ ਆ ਥੋੜ੍ਹੇ ਜਿਹੇ, ਬਸ ਇਹੀ ਕੰਮ ਆ, ਪਰ ਇਹ ਸਿਰਦਰਦੀ ਵਾਲਾ ਕੰਮ ਆ ਥੋੜ੍ਹਾ, ਸੋ ਤਾਂ ਕਰਕੇ ਆਪਾਂ ਛੱਡ ਹੀ ਦੇਣਾ, ਵੈਸੇ ਵੀ ਕਾਲਜ ਸਟਾਰਟ ਹੋ ਜਾਣਾ। ਸੋ ਜੀ ਫਿਰ ਇਸ ਟਾਈਮ 'ਤੇ ਆਪਾਂ ਆਹ ਪ੍ਰੋਡਕਟ ਲੱਭ ਰਹੇ ਹਾਂ, ਗੁੰਮ ਗਿਆ ਕਿਤੇ ਇੱਥੇ। ਸੋ ਮਹਾ ਮਸ਼ੀਨ ਚਲਾਉਣਾ, ਕਾਊਂਟਰ ਬੈਲੈਂਸ, ਸਿੰਪਲ ਬ੍ਰੇਕ, ਐਕਸਲਰੇਟਰ, ਆਹ ਗੇਅਰ ਆ, ਅੱਗੇ ਜਾਣੇ ਨੂੰ ਇੱਥੇ ਕਰਤਾ, ਪਿੱਛੇ ਆਉਣ ਨੂੰ ਪਿੱਛੇ ਕਰਤਾ, ਐਂ ਨਾਲ ਉੱਪਰ ਨੀਚੇ, ਐਂ ਨਾਲ ਇੱਦਾਂ ਟਿਲਟ ਹੁੰਦੀ ਆ, ਐਂ ਨਾਲ ਇੱਧਰ ਉੱਧਰ ਉੱਧਰ ਹੋ ਜਾਏਗੀ ਫੋਕ, ਇੱਧਰ ਹੋ ਜਾਏਗੀ, ਜੋ ਵੀ ਚੱਕਣਾ ਚੱਕ ਕੇ ਲੈ ਜਾਓ। ਬਾਕੀ ਆਹ ਹੁੰਦੀ ਆ ਜੀ ਚੈੱਕ ਲਿਸਟ, ਮੇਰੇ ਪਿਛਲੇ ਕੰਮ 'ਤੇ ਹੀ ਆਪਣੀ ਇਲੈਕਟ੍ਰੋਨਿਕ ਮਤਲਬ ਮਸ਼ੀਨ 'ਚ ਹੀ ਉੱਥੇ ਸਕਰੀਨ ਲੱਗੀ ਹੁੰਦੀ, ਟੱਚ ਸਕਰੀਨ ਉੱਥੇ ਹੁੰਦੀ, ਇੱਥੇ ਮੈਨੂਅਲ ਚੈੱਕ ਲਿਸਟ ਆ, ਅਤੇ ਇਹਦੇ 'ਤੇ ਆਪਾਂ ਬਸ ਟਿੱਕ ਕਰਨਾ ਹੁੰਦਾ ਕਿ ਸਭ ਕੁਛ ਠੀਕ ਹੈ, ਇਹਦੇ ਓਵਰਹੈਡ ਗਾਰਡ ਹੈ ਜਿਹੜਾ ਉੱਪਰ ਵਾਲਾ ਗਾਰਡ ਹੈ ਠੀਕ ਆ, ਟਾਇਰਸ ਠੀਕ ਆ, ਫੋਕਸ ਠੀਕ ਆ ਸਾਰੇ। ਫਿਰ ਇੱਥੇ ਆਪਣੇ ਇਨੀਸ਼ੀਅਲ ਕਰਨੇ ਹੁੰਦੇ ਨੇ, ਅਤੇ ਸੁਪਰਵਾਈਜ਼ਰ ਦੇ, ਸੁਪਰਵਾਈਜ਼ਰ ਆਪਣਾ ਉਹਦੇ ਸਾਈਨ ਹੁੰਦੇ ਆ। ਅਤੇ ਬਾਕੀ ਆਹ ਹੁੰਦੀ ਹੈ ਜੀ ਵੋਕੀ, ਡਬਲ ਵੋਕੀ, ਇਹ ਸਿੰਗਲ ਵੋਕੀ ਆ, ਇਹ 'ਤੇ ਵੀ ਸਕਿੱਡਾਂ ਫਸ ਜਾਂਦੀਆਂ ਨੇ, ਅਤੇ ਲੈ ਦੂਜੀ 'ਤੇ ਵੀ ਜਿੱਥੇ ਵੀ ਇਹ ਖੜ੍ਹੇ ਹੋ ਕੇ ਚਲਾਈ ਦੀ ਆ, ਪਰਲੀ ਸਾਈਡ ਖੜ੍ਹੇ ਹੋਈ ਦੇ ਇਹਦੇ। ਇਹ ਹੁੰਦੀ ਹੈ ਜੀ ਰੀਚ, ਅਤੇ ਇਹ ਕਰਾਊਨ ਕੰਪਨੀ ਦੇ ਨੇ, ਜ਼ਿਆਦਾਤਰ ਜਗ੍ਹਾ 'ਤੇ ਰੇਮੰਡ ਕੰਪਨੀਆਂ ਉਹਦੀਆਂ ਹੁੰਦੀਆਂ ਨੇ ਮਸ਼ੀਨਾਂ। ਸੋ ਜਿਹੜੀ ਮਸ਼ੀਨ ਮੈਂ ਪਹਿਲਾਂ ਚਲਾਉਂਦਾ ਸੀ ਓਡਰ ਪਿੱਕਰ, ਉਹ ਇੱਥੇ ਹੈਗੀ ਨਹੀਂ। ਆਹ ਵੀ ਕਾਊਂਟਰ ਬੈਲੈਂਸ, ਆਹ ਦੇਖ ਲਓ ਜੀ ਵੋਕੀ ਦਾ ਕੰਮ ਕੀ ਆ, ਇੱਦਾਂ ਇਹਨਾਂ ਨੇ ਡੱਬੇ ਰੱਖ ਕੇ ਲੈ ਜਾਣੇ ਆ। ਹਾਂਜੀ ਬਾਈ ਜੀ,
ਹੈਲਪ ਚਾਹੀਦੀ ਆ, ਵੀਡੀਓ ਬਣਾ ਰਹੇ ਹਾਂ। ਹਾਂਜੀ, ਕੀ ਰਖਵਾਉਣਾ ਦੱਸੋ। ਸੋ ਆਹ ਡੱਬੇ ਆਪਦੇ ਉੱਤੇ ਰੱਖਣੇ ਆ, ਇਹ ਸਾਡਾ ਕੰਮ ਨਹੀਂ ਹੈ ਪਰ ਫਿਰ ਵੀ ਆਪਾਂ ਬਾਈ ਜੀ ਦੀ ਹੈਲਪ ਕਰਨ ਆਏ। ਚਲੋ ਆ ਜਾਓ ਬਾਈ। ਚਲ ਤੁਹਾਡਾ ਮੂੰਹ ਲੈ ਸਕਣਾ ਮੈਂ ਵਿੱਚ? ਨਹੀਂ ਨਾ, ਲਿਆ ਵੀ ਨਹੀਂ ਮੈਂ। ਚਲੋ ਇਹ ਚਲਾ ਕੇ ਦੱਸੋ ਗ੍ਰਾਹਕਾਂ ਨੂੰ ਸਾਰਿਆਂ ਨੂੰ। ਸਾਨੂੰ ਅੱਗੇ ਕਰਨਾ, ਅੱਗੇ ਜਾਊਗੀ, ਠੀਕ ਹੈ। ਪਿੱਛੇ ਕਰਨਾ, ਪਿੱਛੇ ਜਾਊਗੀ। ਫੋਰਨ ਲੱਗਿਆ, ਏਦਾਂ ਖਰਗੋਸ਼ ਹਰ ਭੱਜੂਗੀ, ਇੱਥੇ ਦੁਬਾਰਾ ਤੇਜ਼ ਭੱਜੂਗੀ। ਇਹ ਨਾਲ ਥੱਲੇ ਕਰੋ ਜੀ, ਅਪ ਐਂਡ ਡਾਊਨ ਕਰਿਓ ਇੱਕ ਵਾਰ, ਅਪ ਡਾਊਨ ਬਸ। ਚਲੋ ਪਾਓ ਆਪਣੇ ਰਾਹ। ਆ ਲਓ ਜੀ, ਨਿਕਲ ਗਏ। ਫੋਨ ਹੋ ਗਈ ਉਹਨੇ। ਚਲੋ ਜੀ, ਆ ਜੀ ਹੈਂਡ ਬ੍ਰੇਕ ਇਹ ਥੱਲੇ ਕਰਤੀ ਆਪਾਂ, ਇੱਦਾਂ ਕੀਤੀ ਤਾਂ ਲੱਗੀ ਹੈ, ਥੱਲੇ ਕਰਤੀ, ਅੱਗੇ ਕੀਤਾ, ਭਜਾ ਲਈ ਆਪਣੀ ਗੱਡੀ ਅੱਗੇ ਨੂੰ, ਪਿੱਛੇ ਕੀਤਾ, ਪਿੱਛੇ ਨੂੰ ਜਾਊਗੀ, ਠੀਕ ਹੈ। ਇਹ ਨਾਲ ਅਪ, ਇਹ ਨਾਲ ਇੱਦਾਂ ਅੱਗੇ ਪਿੱਛੇ ਹੁੰਦੀ ਹੈ, ਇਹ ਨਾਲ ਜਿਹੜੇ ਫੋਕ ਆ ਇੱਧਰ ਉੱਧਰ ਜਾਂਦੇ ਆ। ਸੋ ਆਹੀ ਹੁੰਦਾ ਆਪਣਾ ਕੰਮ। ਇਹ ਕੰਟਰੋਲ ਸਾਡੇ ਉੱਪਰ ਨੀਚੇ ਕਰਕੇ ਚੱਲਦੇ ਆ ਬਸ। ਜੇ ਸੀ ਵੀ ਚਲਾਉਂਦੇ ਹਾਂ ਆਪਾਂ ਇੱਕ ਕਿਸਮ ਦੀ। ਅਤੇ ਆਹ ਆਪਣਾ ਸਕੈਨਰ, ਅਤੇ ਆਪਾਂ ਉੱਤਰ ਕੇ ਥੱਲੇ, ਅਤੇ ਆਹ ਬਾਈ ਜੀ ਰੱਖ ਰਹੇ ਨੇ, ਅਤੇ ਆਪਣੀ ਮਸ਼ੀਨ। ਤੈਨੂੰ ਉੱਥੇ ਚਾਰਜਿੰਗ 'ਤੇ ਲਾਉਣਾ ਹੁੰਦਾ ਆਪਾਂ ਜਦੋਂ ਜਾਣਾ ਕੰਮ ਤੋਂ। ਕੀ ਕਰਨ, ਕਾਊਂਟਰ ਬੈਲੈਂਸ ਲੈ ਕੇ ਜਾਣਾ ਹੈ। ਮੈਂ ਇੱਕ ਪੈਲਟ ਜੀ ਕੱਢਣੀ ਆ ਬਾਹਰ, ਪੰਪ ਟਰੱਕ ਨਾਲ ਨਹੀਂ ਨਿਕਲ ਰਹੀ। ਸੋ ਚੱਲਦੇ ਹਾਂ ਆਪਾਂ। ਔਨ ਕਰਤੀ ਗੱਡੀ, ਸੀਟ ਵੀ ਐਡਜਸਟ ਹੋ ਜਾਂਦੀ ਹੈ ਇਹਦੀ, ਸੀਟ ਕਰ ਲਈ ਐਡਜਸਟ, ਅਤੇ ਗੇਅਰ ਪਾਤਾ ਅੱਗੇ ਨੂੰ, ਅਤੇ ਚਲੋ ਕੱਢੀਏ ਜੀ ਆਪਾਂ ਪੈਲਟ। ਆ ਲਓ ਜੀ, ਦੇਖੋ ਜੀ ਫਿਰ ਇੰਡੀਆ ਦੀ ਯਾਦ ਆ ਗਈ ਇਹ ਚੀਜ਼ ਦੇਖ ਕੇ। ਟਰੈਕਟਰ ਚੱਲ ਰਿਹਾ, ਜ਼ਮੀਨ ਵਾਹ ਰਿਹਾ, ਅਤੇ ਆਪਾਂ ਚੱਲਿਆ ਘਰ ਨੂੰ। ਲਓ ਜੀ ਫਿਰ ਆ ਗਏ ਕੰਮ ਤੋਂ ਆਪਾਂ ਵਾਪਸ, ਅਤੇ ਜਿਹੜਾ ਮੁੰਡਾ ਮੇਰੇ ਨਾਲ ਜਾਂਦਾ ਉਹਨੂੰ ਛੱਡਤਾ ਘਰੇ, ਅਤੇ ਮੈਂ ਭੁੱਲ ਗਿਆ ਸੀ ਕਿ ਅੱਜ ਮੈਂ ਵਲੋਗ ਬਣਾ ਰਿਹਾ। ਸੋ ਹੁਣੇ ਯਾਦ ਆਇਆ, ਅਤੇ ਮੈਂ ਹੁਣ ਕੰਟੀਨਿਊ ਕਰ ਲੈਂਦੇ ਹਾਂ। ਹੁਣ ਇੱਕ ਜਿੱਥੇ ਮੈਂ ਰਹਿੰਦਾ ਪਿਆ ਆਪਣੇ ਮਾਮਾ ਜੀ ਰਹਿੰਦੇ, ਉਹਨਾਂ ਦੀ ਬੇਸਮੈਂਟ 'ਚ ਨਾ ਮੇਰੇ ਫਰੈਂਡ ਨੇ ਆਉਣਾ, ਸ਼ਿਫਟ ਹੋਣਾ ਉਹਨਾਂ ਦੀ ਬੇਸਮੈਂਟ 'ਚ ਰੈਂਟ 'ਤੇ। ਸੋ ਉਹਨਾਂ ਦੇ ਆਪਣੇ ਫਰੈਂਡ ਦੇ ਘਰੋਂ ਮੈਂ ਥੋੜ੍ਹਾ ਜਿਹਾ ਸਮਾਨ ਚੱਕਣਾ, ਅਤੇ ਉਹ ਆਪਣੇ ਘਰ ਲੈ ਕੇ ਜਾਣਾ ਕੋਈ ਸੂਟਕੇਸ ਵਗੈਰਾ ਨੇ। ਸੋ ਹੁਣ ਉਹ ਚੱਕਣ ਚੱਲੇ ਹਾਂ, ਅਤੇ ਉੱਥੋਂ ਚੱਕ ਕੇ ਅਤੇ ਫਿਰ ਮਿਲਦੇ ਹਾਂ ਅੱਗੇ, ਦੇਖਣਾ ਕੀ ਕਰਨਾ। ਸਮਾਨ ਚੱਕਦੇ ਉਹਦੇ ਘਰੋਂ, ਦੇਖੀ ਜਾਓ ਤੁਸੀਂ। ਬਾਕੀ ਮੈਨੂੰ ਹੁਣ ਫੋਨ ਚਾਹੀਦਾ, ਮੈਂ ਫੋਨ 'ਚ ਐਡਰੈਸ ਪਾਉਣਾ ਉਹਦਾ, ਅਤੇ ਜਾਣਾ ਘਰੇ। ਅੱਗੇ ਮਿਲਦੇ ਹਾਂ। ਆਹ ਦੇਖ ਲਓ ਜੀ, ਇੱਥੇ ਬੱਸ ਸਰਵਿਸ ਕਿੰਨੀ ਵਧੀਆ ਆ, ਰੈਜੀਡੈਂਸ਼ੀਅਲ ਏਰੀਆ 'ਚ ਵੀ ਮਤਲਬ ਬੱਸ ਮਿਲ ਜਾਂਦੀ ਆ। ਸੋ ਜਿਨ੍ਹਾਂ ਨੇ ਆਉਣਾ ਬੱਸ ਸਰਵਿਸ ਵਾਲੀ ਟੈਨਸ਼ਨ ਨਾ ਲਿਓ, ਬੱਸ ਸਰਵਿਸ ਵਧੀਆ ਆ ਇੱਥੇ ਦੀ। ਵਿੰਟਰਸ ਇੱਥੋਂ ਰਾਈਡ ਲੈਣਾ ਆਪਾਂ। ਸੋ ਵਿੰਟਰਸ ਕਈ ਵਾਰ ਹੋ ਜਾਂਦੀ ਆ ਕਿ ਠੀਕ ਨਹੀਂ ਹੁੰਦੀ, ਇਹ ਤਾਂ ਵਧੀਆ ਆ ਜੀ। ਦੇਖੀਏ ਕਿੱਥੇ ਖੜੀ ਆ ਕੈਮਰੀ ਲਾਲ ਰੰਗ ਦੀ। ਸੋ ਇਹ ਉਹੀ ਮੁੰਡਾ ਜਿਹੜਾ ਉੱਥੇ ਵੋਕੀ ਚਲਾ ਰਿਹਾ ਸੀ, ਫੋਕਲਿਫਟ ਜੀ ਚਲਾ ਰਿਹਾ ਸੀ, ਉਹੀ ਮੁੰਡਾ। ਆਖੜੀਏ ਦੀ ਗੱਡੀ। ਸੋ ਇਹ ਘਰ ਨੂੰ ਕਾਲ ਕਰਨੇ ਆ ਵੀਰ ਨੂੰ, ਅਤੇ ਆਹ ਸਾਨੂੰ ਫੜਾ ਦੇਗਾ ਬੈਗ, ਆਪਾਂ ਰੱਖ ਦੇਣੇ ਆ ਪਿੱਛੇ, ਡਿੱਗੀ 'ਚ ਰੱਖ ਦਾਂਗੇ, ਅਤੇ ਫਿਰ ਚੱਲਦੇ ਹਾਂ ਜੀ। ਆਹੀ ਆਓ ਮੁੰਡਾ,
ਜਿਸ ਆਪਾਂ ਬੈਗ ਲੈਣੇ ਆ ਆ ਗਏ ਸਾਡੇ ਬੈਗ ਆ ਬਾਈ ਤਾਂ ਆਪਣਾ ਜਾ ਰਿਹਾ ਇੰਡੀਆ ਕਿੰਨੀ ਤਰੀਕ ਜਾਣਾ ਇੰਡੀਆ ਡਿੱਕੀ ਖੋਲ ਦੀਏ ਓਹੋ ਹੋ ਪਿੱਛੇ ਜਗ੍ਹਾ ਨਹੀਂ ਸਟੋਲਰ ਪਿਆ ਅੱਗੇ ਰੱਖ ਦੋ ਸੀਟ ਤੇ ਕਿੰਨੇ ਬੈਗ ਆ ਦੋ ਹੀ ਆ ਇਹਦਾ ਹੀ ਇੱਦਾਂ ਹੀ ਆ ਇੱਕ ਹੋਰ ਤੇ ਯਾਰ ਨਵੀਂ ਦਾ ਬੈਗ ਆ ਇਹ ਤੂੰ ਵੀਡੀਓ ਬਣਾਉਣੀ ਜ਼ਰੂਰੀ ਹੈ ਵੀਡੀਓ ਬਣਾਉਣੀ ਹੈ ਯਾਰ ਵਲੌਗ ਬਣਦੇ ਮੈਨੂੰ ਤਾਂ ਯਾਦ ਨਹੀਂ ਰਿਹਾ ਮੈਂ ਕੰਮ ਤੇ ਬਣਾਈ ਨਹੀਂ ਸੋ ਗੱਡੀ ਪਈ ਆ ਲਿਬੜੀ ਸਾਡੀ ਜੋ ਕਿ ਮੈਂ ਤੁਹਾਨੂੰ ਕਹਿ ਰਿਹਾ ਸੀ ਧੋਣੀ ਆ ਅਤੇ ਦੇਖਣੇ ਆ ਜਾਂਦਿਆਂ ਦਿਲ ਕੀਤਾ ਤਾਂ ਗੱਡੀ ਵੀ ਧਵਾ ਲਾਂਗੇ ਸੋ ਇਹ ਹੁੰਦੇ ਆ ਜੀ ਸਕਿੱਪ ਵਾਲੇ ਬੈਗ ਜਿਹੜੇ ਆਪਾਂ ਡਿਲੀਵਰੀ ਵਗੈਰਾ ਕਰਦੇ ਹਾਂ ਇਹਦੇ 'ਚ ਫੂਡ ਰੱਖਣਾ ਹੁੰਦਾ ਆ ਵਾਹਿਗੁਰੂ 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 ਪੱਗ ਪਈ ਆ ਅਤੇ ਟੀਫਨ ਪਿਆ ਬਾਕੀ ਇੱਕ ਹੋਰ ਚੀਜ਼ ਦਿਖਾਉਣੀ ਸੀ ਜਿਹੜੀ ਅੱਜ ਸਾਨੂੰ ਕੰਮ ਤੋਂ ਮਿਲੀ ਆ ਅੱਜ ਸਾਨੂੰ ਕੰਮ 'ਤੇ ਇੱਕ ਦਿਨ ਪਹਿਲਾਂ ਕ੍ਰਿਸਮਸ ਦਾ ਵਾਊਚਰ ਦਿੱਤਾ ਸੀ ਉਹਨਾਂ ਨੇ ਕੈਸ਼ ਵਾਊਚਰ ਅੱਜ ਹੈ ਟੋਫੀਆਂ ਟੂਫੀਆਂ ਦੇ ਦਿੰਦੇ ਜਿਵੇਂ ਨਿਆਣੇ ਨੂੰ ਦਿੰਦੇ ਇੰਡੀਆ ਉੱਤਾਂ ਸੋ ਆਹ ਮਿਲਿਆ ਬਾਕੀ ਨਥਿੰਗ ਮੱਚ ਬੈਗ ਦੂਸਰਾ ਕਿੱਥੇ ਰੱਖਣਾ ਉਹ ਦੇਖ ਰਿਹਾ ਆ ਗਿਆ ਬੰਦਾ ਬੈਗ ਲੈ ਕੇ ਦੂਸਰਾ ਵੀ ਲਓ ਜੀ ਫਿਰ ਮੁੰਡਾ ਸਾਨੂੰ ਮਹਿੰਗੀ ਵਾਲੀ ਚੋਕਲੇਟ ਖਿਲਾ ਰਿਹਾ ਦੇਖੋ ਡੋਲਰ ਦਾ ਇੱਕ ਆਉਂਦਾ ਹਾਂਜੀ ਹਾਂਜੀ ਇੱਕ ਹੋਰ ਇਹ ਤਾਂ ਫ੍ਰੀ 'ਚ ਵੀ ਮਿਲਦੀ ਉੱਥੇ ਜਾਓ ਲਿੰਡਨ 'ਤੇ ਤੇ ਫ੍ਰੀ ਵਾਲੀ ਰੈੱਡ ਵਾਲੀ ਦਿੰਦੇ ਨਾ ਫਲੇਵਰਡ ਵਾਲੀ ਦੇ ਰਹੇ ਲਓ ਬਾਈ ਨੂੰ ਕੀ ਮਿਲਿਆ ਇਹਦੇ 'ਚ ਦੇਖੀਏ ਰੁੱਕ ਜਾਓ ਖਾਓ ਠੰਡ ਬੜੀ ਹੈ ਆ ਲਓ ਸਾਰੇ ਅਲੱਗ ਅਲੱਗ ਚੋਕਲੇਟਾਂ ਦਿੱਤੀਆਂ ਨੇ ਚਲੋ ਫਿਰ ਚੱਲਦੇ ਹਾਂ ਫਿਰ ਮਿਲਦੇ ਹੈ ਇਹ ਬਾਈ ਹੈ ਚੰਡੀਗੜ੍ਹ ਤੋਂ ਅਤੇ ਮੈਨੂੰ ਇਹੀ ਕੰਮ 'ਤੇ ਮਿਲਿਆ ਸੀ ਅਤੇ ਪੁੱਛ ਰਹੇ ਸੀ ਕਹਿੰਦੇ ਬੇਸਮੈਂਟ ਦਾ ਅਤੇ ਆਪਣੀ ਬੇਸਮੈਂਟ ਖਾਲੀ ਸੀ ਲਓ ਤੁਹਾਨੂੰ ਥੋੜ੍ਹੀ ਦੇਰ ਇੱਥੇ ਤੰਗ ਦਿੰਦਾ ਅਤੇ ਆ ਲਓ ਅਤੇ ਚੱਲਣੇ ਆਪਾਂ ਘਰ ਨੂੰ ਠੀਕ ਆ ਜੀ ਅਤੇ ਚਾਬੀ ਕੱਢੀਏ ਆ ਪਿੱਛੇ ਸੂਟ ਕੇਸ ਰੱਖਤੇ ਆ ਬਾਈ ਨੇ ਘਰ ਨੂੰ ਗੱਡੀ ਪਾਉਂਦੇ ਹਾਂ ਗੱਡੀ ਧੋਣੀ ਆ ਪਰ ਮੇਰਾ ਧੋਣੇ ਦਾ ਦਿਲ ਨਹੀਂ ਕਰ ਰਿਹਾ ਥੱਲੇ ਉਤਰ ਕੇ ਅਤੇ ਪੰਪ 'ਤੇ ਵੀ ਜਾ ਅਗਰ ਪੰਪ 'ਤੇ ਵੀ ਮੈਂ ਧਵਾਈ ਜਿਹੜੀ ਅੰਦਰ ਬਹਿ ਕੇ ਧੋਣ ਜਾਂਦੀ ਆ ਫਿਰ ਵੀ ਥੱਲੇ ਉਤਰ ਕੇ ਇੱਕ ਵਾਰ ਤਾਂ ਉਤਰਨਾ ਹੀ ਪੈਣਾ ਪੇ ਕਰਨ ਵਾਸਤੇ ਸੋ ਉਸ ਚੀਜ਼ ਦਾ ਮੇਰਾ ਬਿਲਕੁਲ ਦਿਲ ਨਹੀਂ ਹੈ ਸੋ ਆਪਾਂ ਗੱਡੀ ਕੱਲ੍ਹ ਧਵਾ ਲਾਂਗੇ ਗੱਡੀ ਤਾਂ ਚਾਹੇ ਗੰਦੀ ਰਹੇ ਕੋਈ ਚੱਕਰ ਸਾਫ ਕਰਨੇ ਦਾ ਹੁੰਦਾ ਬਸ ਮੈਂ ਸ਼ੀਸ਼ਿਆਂ 'ਚ ਜਾ ਕੇ ਪਾਣੀ ਮਾਰ ਦਾਂਗਾ ਕੌਣ ਜਾਏ ਹੁਣ ਆਪਾਂ ਚੱਲਾਂਗੇ ਕੱਲ੍ਹ ਆਪਾਂ ਤਰਨ ਹਾਰਾ ਕੋਲ ਗਏ ਸੀ ਤਾਂ ਮੈਂ ਤੁਹਾਨੂੰ ਦਿਖਾਇਆ ਕਿ ਆਪਾਂ ਤਰਨ ਹਾਰਾ ਕੋਲ ਆਏ ਹੋਏ ਹਾਂ ਬਟ ਫਿਰ ਮੈਂ ਭੁੱਲ ਗਿਆ ਕਿ ਮੈਂ ਵਲੌਗ ਬਣਾ ਰਿਹਾ ਤਾਂ ਉਹਨਾਂ ਨੂੰ ਮੈਂ ਬੁਲਾਇਆ ਨਹੀਂ ਤਰਨ ਇੰਡੀਆ ਤੋਂ ਆਇਆ ਹੁਣੇ ਇੰਡੀਆ ਗਿਆ ਸੀ ਇੰਡੀਆ ਟ੍ਰਿਪ ਲਾ ਕੇ ਆਇਆ ਸੋ ਹੁਣ ਜਾਂਦਿਆਂ ਮੈਂ ਰੋਜ਼ ਪਹਿਲਾਂ ਤਰਨ ਹਾਰਾ ਕੋਲ ਜਾਂਦਾ ਅਤੇ ਮੇਰੀ ਮੂਵ ਕਰਨ ਦੀ ਵਜ੍ਹਾ ਕੀ ਸੀ ਜਿਹੜਾ ਮੈਂ ਆਪਣੇ ਰਿਸ਼ਤੇਦਾਰਾਂ ਦੇ ਉੱਧਰ ਚਲੇ ਗਿਆ ਅਤੇ ਉਹ ਮੇਰੇ ਰਿਸ਼ਤੇਦਾਰ ਕਿੱਦਾਂ ਨੇ ਇਹ ਵੀ ਦੱਸ ਦਿੰਦਾ ਉਹ ਸਾਡੇ ਜਾਣਕਾਰ ਨੇ ਅਤੇ ਤੁਹਾਨੂੰ ਪਤਾ ਹੀ ਹੈ ਮੈਂ ਕਿੰਨਾ ਵਧੀਆ ਸਿਆਣਾ ਮੁੰਡਾ ਸੋ ਹੁਣ ਤਾਂ ਰਿਸ਼ਤੇਦਾਰ ਹੀ ਹੋ ਗਏ ਨੇ ਉਹਨਾਂ ਨੇ ਜਦੋਂ ਮੈਂ ਆਇਆ ਸੀ ਅਤੇ ਉਹਨਾਂ ਦੇ ਘਰ ਰੁਕਿਆ ਸੀ ਪਹਿਲੇ ਹਫ਼ਤੇ ਦੋ ਹੋਰ ਕਾਫੀ ਕਰਦੇ ਆ ਸਾਡਾ ਸੋ ਜਿਹੜੀ ਉਹ ਨੇ ਮੇਰੀ ਮੰਮੀ ਦੇ ਨਾਲ ਮਤਲਬ ਮੇਰੇ ਨਾਨਕੇ ਪਿੰਡ ਦੇ ਨੇ ਸੋ ਤਾਂ ਕਰਕੇ ਸਾਡੇ ਹੋ ਗਏ ਉਹ ਕਿੱਧਰ ਇੱਧਰ ਹੀ ਜਾਣਾ ਸੀ ਨਾ ਸਿੱਧਾ ਜਾਣਾ ਤਾਂ ਕਰਕੇ ਮੇਰੇ ਮਾਮੇ ਲੱਗਦੇ ਆ ਬਾਕੀ ਹੁਣ ਆਪਾਂ ਚੱਲੇ ਹਾਂ ਘਰ ਨੂੰ ਅਤੇ ਤੁਹਾਨੂੰ ਮਿਲਾਉਣਾ ਆਪਾਂ ਤਰਨ ਨਾਲ ਜਾ ਕੇ ਜੋ ਕਿ ਆਇਆ ਹੈਗਾ ਆ ਇੰਡੀਆ ਤੋਂ ਅਤੇ ਇੰਡੀਆ ਤੋਂ ਮੁੰਡੇ ਦੀ ਇੱਕ ਬਹੁਤ ਵਧੀਆ ਗੱਲ ਲੱਗੀ ਇੰਡੀਆ ਤੋਂ ਉਹਨੂੰ $25,000 ਕਹਿੰਦਾ ₹25,000 ਦੀ ਐਕਸਟਰਾ ਬੈਗ ਕਰਾਇਆ ਔਰ ਸਾਡਾ ਸਾਰਾ ਸਮਾਨ ਲੈ ਕੇ ਆਇਆ ਕੋਈ ਵੀ ਸਮਾਨ ਛੱਡ ਕੇ ਨਹੀਂ ਆਇਆ ਨਹੀਂ ਤਾਂ ਕਈ ਹੁੰਦੇ ਆ ਥੋੜ੍ਹੀ ਜਿਹੀ ਚੀਜ਼ ਵੀ ਦੇ ਦਿਉ ਉਹ ਵੀ ਨਹੀਂ ਲੈ ਕੇ ਆਉਂਦੇ ਪਰ ਇਹ ਦੇਖੋ ਤਰਨ ਨੇ ਇੱਕ ਵੀ ਚੀਜ਼ ਨਹੀਂ ਛੱਡੀ ਪਿੰਨੀਆਂ ਮੰਮੀ ਨੇ ਦਿੱਤੀਆਂ ਸੀ ਤਰਨ ਨੂੰ ਬਣਾ ਕੇ ਅਤੇ ਤਰਨ ਦੀ ਆਪਣੀ ਮੰਮੀ ਨੇ ਵੀ ਦਿੱਤੀਆਂ ਠੀਕ ਆ ਉਹਨਾਂ ਨੇ ਵੀ ਅਤੇ ਪਿੰਨੀਆਂ ਵਾਧੂ ਹੀ ਆ ਪਰ ਤਰਨ ਕਹਿੰਦਾ ਹੁਣ ਮਾਂ ਦਾ ਪਿਆਰ ਹੁੰਦਾ ਇੱਕ ਮੈਂ ਲੈ ਕੇ
ਪ੍ਰਭਜੋਤ ਵਾਲੀਆਂ ਵੀ ਜਾਣੀਆਂ ਨੇ, ਪ੍ਰਭ ਵਾਲੀਆਂ ਵੀ ਲੈ ਕੇ ਜਾਵਾਂਗਾ, ਆਪਣੀਆਂ ਵੀ ਲੈ ਕੇ ਜਾਵਾਂਗਾ, ਚਾਹੇ ਕੋਈ ਖਾਏ ਨਾ ਖਾਏ। ਉਹਦੀ ਮਾਂ ਨੇ ਭੇਜੀ ਆ ਨੇ, ਫਿਰ ਗੁਜੀਆ ਭੇਜੀ ਸੀ ਇੱਕ ਮੰਮੀ ਨੇ, ਉਹਦੇ ਚੱਟ ਕਰ ਗਏ ਆਪਾਂ 2 ਦਿਨਾਂ 'ਚ ਹੀ, ਠੀਕ ਹੈ। ਫਿਰ ਯਸ਼ਨ ਦੀ ਮੰਮੀ ਨੇ ਭੇਜੇ ਸੀ ਬਿਸਕੁਟ, ਉਹ ਕੇਕ ਵਾਲੇ ਬਿਸਕੁਟ ਹੁੰਦੇ ਆ, ਉਹ ਬਿਸਕੁਟ ਬੋਲਣਾ ਮੈਂ, ਕੋਈ ਚੱਕਰ ਤਾਂ ਨਹੀਂ, ਬਿਸਕਿਟ ਕਈ ਬਿਸਕਿਟ ਕਹਿੰਦੇ ਆ ਨਾ, ਬਾਕੀ ਇੱਥੇ ਵਾਲੇ ਆਪਣੇ ਕੈਨੇਡਾ ਵਾਲੇ ਕਹਿੰਦੇ ਆ ਕੁਕੀਜ਼। ਸੋ ਕੁਕੀਜ਼ ਲਾ ਲਓ ਤੁਸੀਂ, ਬਿਸਕੁਟ ਲਾ ਲਓ, ਬਿਸਕਿਟ ਲਾ ਲਓ, ਕੁਛ ਵੀ ਲਾ ਲਓ। ਬਾਕੀ ਜਨਵਰੀ ਇਨਟੇਕ ਵਾਲਿਆਂ ਦਾ ਵੈਲਕਮ ਹੈ, ਜਨਵਰੀ ਇਨਟੇਕ ਵਾਲਿਓ, ਤੁਹਾਡੇ ਵਾਸਤੇ ਇੱਕ ਸਪੈਸ਼ਲ ਵੀਡੀਓ ਬਣਾਉਣੀ ਹੈ ਮੈਂ, ਜਿਹੜੀ ਚੀਜ਼ਾਂ ਤੁਸੀਂ ਜਿਹੜੀ ਚੀਜ਼ਾਂ ਦਾ ਧਿਆਨ ਰੱਖੋ, ਜਿਹੜੀ ਚੀਜ਼ਾਂ ਆਉਂਦੇ ਕਰ ਲਓ ਅਤੇ ਠੀਕ ਰਹੋਗੇ। ਬਾਕੀ ਮੈਂ ਕਹਿ ਦਿੰਦਾ ਹੁੰਦਾ ਹੁਣ ਪੜ੍ਹਾ ਦਾਂਗਾ, ਹੁਣ ਪੜ੍ਹਾ ਦਾਂਗਾ, ਇਹ ਨਹੀਂ ਮੈਨੂੰ ਪਤਾ ਮੈਂ ਕਦੋਂ ਵੀਡੀਓ ਪਾਵਾਂਗਾ ਉਹ ਵਾਲੀ, ਪਰ ਉਹ ਵੀਡੀਓ ਜ਼ਰੂਰ ਦੇਖ ਲਿਓ ਜਨਵਰੀ ਇਨਟੇਕ ਵਾਲੇ। ਬਾਕੀ ਚਾਹੇ ਦੇਖਿਓ ਨਾ ਦੇਖਿਓ, ਜਿਨ੍ਹਾਂ ਨੇ ਅੱਗੇ ਆਉਣਾ ਉਹ ਵੀ ਦੇਖ ਲਿਓ, ਕਿਉਂਕਿ ਯੂਜ਼ਫੁੱਲ ਵੀਡੀਓ ਹੋਏਗੀ। ਅਤੇ ਬਾਕੀ ਵੀਡੀਓ ਜ਼ਿਆਦਾ ਲੰਬੀ ਮੈਂ ਨਹੀਂ ਕਰਾਂਗਾ, ਹੁਣ ਤਰਨ ਹਰਾਂ ਦੇ ਘਰ ਜਾ ਕੇ ਹੀ ਮਿਲਦੇ ਹਾਂ ਤੁਹਾਨੂੰ, ਨਾਲੇ ਮੈਂ ਗਾਣੇ ਲਾ ਲੈਂਦਾ ਥੋੜ੍ਹੇ, ਅਤੇ ਗਾਣੇ ਸੁਣਦੇ ਨੱਚਦੇ ਟੱਪਦੇ ਜਾਂਦੇ ਹਾਂ, 15-20 ਮਿੰਟ ਲੱਗ ਜਾਣਗੇ, ਇਸ ਟਾਈਮ 'ਤੇ ਟ੍ਰੈਫਿਕ ਹੁੰਦੀ ਹੈ ਥੋੜ੍ਹੀ, ਅਤੇ ਘਰ ਜਾ ਕੇ ਮਿਲਦੇ ਹਾਂ। ਬਾਕੀ ਮੈਂ ਕੱਲ੍ਹ ਵੀ ਕੰਮ 'ਤੇ ਆਉਣਾ, ਕੱਲ੍ਹ ਸੈਟਰਡੇ ਆ, ਸੈਟਰਡੇ ਨੂੰ ਕੰਮ ਨਹੀਂ ਹੁੰਦਾ, ਪਰ ਇੰਨੇ ਦਿਨ ਔਫ ਹੀ, ਤਾਂ ਕਰਕੇ ਉਹਨਾਂ ਨੇ ਓਵਰ ਟਾਈਮ ਰੱਖਿਆ ਹੋਇਆ। ਸੋ ਕੱਲ੍ਹ ਵੀ ਮੈਂ ਕੰਮ 'ਤੇ ਆਉਣਾ, ਬਾਕੀ ਸੰਡੇ ਨੂੰ ਵੀ ਮੈਂ ਕੋਸ਼ਿਸ਼ ਕਰਾਂਗੀ ਕੰਮ 'ਤੇ ਆਈ ਜਾਂ, ਕਿਉਂਕਿ ਇੱਕ 1.5 ਹਫ਼ਤੇ ਬਾਅਦ ਮੈਂ ਛੱਡ ਹੀ ਦੇਣਾ ਕੰਮ, ਅੱਗੇ ਮਿਲੇ ਨਾ ਮਿਲੇ, ਗੱਡੀ ਲਈ ਹੋਈ ਆ, ਗੱਡੀ ਦੀ ਕਿਸ਼ਤਾਂ ਵੀ ਉਤਾਰਨੀਆਂ ਨੇ। ਸੋ ਹੋਰ ਗੱਡੀ ਵਾਲੀ ਵੀਡੀਓ ਜਿਹੜੇ ਕਹਿ ਰਹੇ ਆ, ਗੱਡੀ ਵਾਲੀ ਵੀਡੀਓ ਵੀ ਪਾ ਦਾਂਗੇ, ਅਗਰ ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਪਾ ਦਾਂਗੇ। ਬਾਕੀ ਮੈਂ ਸੋਚ ਰਿਹਾ ਸੀ ਰਹਿਣ ਦੇਣਾ ਕਿ ਸਾਰੀ ਗੱਡੀ 'ਤੇ ਪਾ ਦਿੰਦੇ ਆ, ਤੁਸੀਂ ਕਹਿਣਾ ਕਿ ਯਾਰ ਲੈ ਵੀ ਗੱਡੀ ਲੈ ਲਈ, ਹੁਣ ਗੱਡੀ 'ਤੇ ਪਾਏਗਾ, ਤਾਂ ਕਰਕੇ ਮੈਂ ਪਾਈ ਨਹੀਂ ਸੀ, ਪਰ ਹੁਣ ਮੈਂ ਪਾ ਦਾਂਗਾ ਜ਼ਰੂਰ। ਸੋ ਜਬ ਵੀ ਆਪ ਗਾੜੀ ਚਲਾ ਰਹੇ ਹੈ, ਪੈਡੈਸਟ੍ਰੀਅਨ ਕਾ ਧਿਆਨ ਰੱਖੇ, ਉਹ ਰੋਡ ਕਰੋਸ ਕਰ ਰਹੇ ਹੈ ਤੋ ਆਪ ਰੁਕੇ ਰਹੇ। ਸੋ ਅਬ ਉਹਨੇ ਰੋਡ ਕਰੋਸ ਕਰ ਲਿਆ ਹੈ, ਅਬ ਹਮ ਚਲ ਸਕਤੇ ਹੈ, ਤੋ ਲੈਟ ਮੀ ਕੋਨਸਨਟ੍ਰੇਟ ਔਨ ਮਾਈ ਡਰਾਈਵਿੰਗ ਐਂਡ ਜਾ ਕੇ ਮਿਲਦੇ ਹਾਂ ਤਰਨ ਹਰਾਂ ਨਾਲ। ਮੈਂ ਫੋਨ ਕਰਨਾ ਉਹਨੂੰ, ਪਤਾ ਨਹੀਂ ਕਿੱਥੇ ਹੋਊਗਾ। ਲਓ ਜੀ, ਫਿਰ ਤਰਨ ਤਾਂ ਹੈਗਾ ਨਹੀਂ ਘਰੇ, ਅਤੇ ਉਹ ਗਿਆ ਆ ਰੂਟਸ ਦੇ ਹੋਰਨ ਲਿਆਇਆ ਸੀ ਇੰਡੀਆ ਤੋਂ, ਅਤੇ ਉਹ ਲਵਾਉਣ ਗਿਆ ਜੀਪ 'ਤੇ, ਅਤੇ ਬਾਕੀ ਘਰ ਬਸ ਰਾਜਨ ਸੀ, ਰਾਜਨ ਮੁੰਡਾ ਜਿਹੜਾ, ਬਾਕੀ ਯਸ਼ਨ ਹਰੀ ਗਏ ਆ ਉਬਰ ਵਗੈਰਾ 'ਤੇ ਰਜਿਸਟਰ ਕਰਾਉਣ, ਸੋ ਕੋਈ ਵੀ ਘਰ ਨਹੀਂ ਆਇਆ ਸੀ। ਹੁਣ ਤਰਨ ਫਿਰ ਉੱਧਰ ਹੀ ਆਊਗਾ ਘਰ, ਨਾਲ ਹੀ ਆ, ਇੱਥੇ ਬੇਸਮੈਂਟ ਆ ਸਾਡੀ, ਅਤੇ ਉਹ ਘਰ ਆ ਉਹਨਾਂ ਮੇਰੇ ਰਿਸ਼ਤੇਦਾਰਾਂ ਦਾ, ਅਤੇ ਤਰਨ ਉੱਥੇ ਹੀ ਆਜੂਗਾ, ਅਤੇ ਉੱਥੇ ਹੀ ਤੁਹਾਨੂੰ ਮਿਲਾ ਦਿੰਦੇ ਹਾਂ ਤਰਨ ਨਾਲ, ਅਤੇ ਨਾਲੇ ਦਿਖਾ ਦਿੰਦੇ ਹਾਂ ਉਹਦੇ ਰੂਟਸ ਦੇ ਹੋਰਨ ਜਿਹੜੇ ਉਹਨੇ ਅੱਜ ਲਵਾਏ ਨੇ। ਅਤੇ ਚਲੋ ਫਿਰ ਘਰ ਜਾ ਕੇ ਮਿਲਦੇ ਹਾਂ।